ਮਾਤਾ ਚਿੰਤਪੁਰਨੀ ਦੇ ਮੱਥਾ ਟੇਕ ਕੇ ਘਰ ਵਾਪਸ ਆਉਂਦਿਆਂ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਹਾਦਸੇ 'ਚ ਮੌਤ। ਇੱਕ ਪਰਿਵਾਰ ਦੇ ਤਿੰਨ ਜੀ ਜੋ ਕਿ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਆ ਰਹੇ ਸਨ, ਤਾਂ ਜਦ ਉਹ ਰਈਆ ਜੰਡਿਆਲਾ ਗੁਰੂ ਦੇ ਵਿਚਕਾਰ ਛੱਜਲ ਵੱਟੀ ਉੱਪਰ ਪਹੁੰਚੇ ਤਾਂ ਹਾਈਵੇ ਉੱਪਰ ਉਹਨਾਂ ਦੀ ਕਾਰ ਦਾ ਹਾਦਸਾ ਹੋ ਗਿਆ, ਜਿਸ ਨਾਲ ਰਿਸ਼ਤੇਦਾਰ ਪਰਿਵਾਰਕ ਦੇ ਤਿੰਨ ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚ ਇੱਕ ਰਾਮ ਵਟੇਰਾ, ਮਨੀਸ਼ ਵਟੇਰਾ ਸ਼ਾਮਲ ਹਨ ਅਤੇ ਇੱਕ ਦੀ ਮੌਕੇ ਉੱਪਰ ਮੌਤ ਹੋ ਜਾਂਦੀ ਹੈ, ਜਦਕਿ ਦੂਜਾ ਹਸਪਤਾਲ ਲਿਜਾਂਦਿਆਂ ਰਸਤੇ 'ਚ ਮੌਤ ਹੋ ਜਾਂਦੀ ਹੈ, ਤੀਸਰੇ ਦੀ ਹਸਪਤਾਲ ਜਾ ਕੇ ਮੌਤ ਹੋ ਜਾਂਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਭੈਣ ਸੀ, ਉਸਦਾ ਇੱਕ ਸਕਾ ਭਰਾ ਅਤੇ ਇੱਕ ਘਰ ਵਾਲਾ ਅਤੇ ਇੱਕ ਭੂਆ ਦਾ ਪੁੱਤ ਮ੍ਰਿਤਕਾਂ ਵਿੱਚ ਸ਼ਾਮਲ ਹੈ। ਉਸ ਭੈਣ ਲਈ ਕਿੰਨਾ ਦਰਦਨਾਕ ਅਤੇ ਭਿਆਨਕ ਸਮਾਂ ਹੋਵੇਗਾ, ਜਦ ਕਿ ਰੱਖੜੀ ਦਾ ਤਿਉਹਾਰ ਨਜ਼ਦੀਕ ਹੈ ਅਤੇ ਭੈਣ ਦੇ ਭਰਾ ਦੀ ਵੀ ਮੌਤ ਹੋ ਜਾਂਦੀ ਹੈ ਅਤੇ ਉਸਦੇ ਘਰ ਵਾਲੇ ਦੀ ਵੀ ਮੌਤ ਹੋ ਗਈ ਹੈ, ਜਦਕਿ ਇੱਕ ਮ੍ਰਿਤਕਾਂ ਵਿੱਚ ਉਸਦਾ ਭੂਆ ਦਾ ਪੁੱਤ ਦੱਸਿਆ ਜਾ ਰਿਹਾ ਹੈ। ਉੱਥੇ ਮੌਜੂਦ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਰ ਜ਼ਿਆਦਾ ਸਪੀਡ 'ਚ ਹੋਣ ਕਾਰਨ ਹਾਦਸੇ ਵਿੱਚ ਪਰਿਵਾਰ ਦੇ ਅਤੇ ਰਿਸ਼ਤੇਦਾਰਾਂ ਤਿੰਨ ਜੀਆਂ ਦੀ ਮੌਤ ਹੋਈ ਹੈ। ਮਿੰਟਾਂ ਸਕਿੰਟਾਂ ਵਿੱਚ ਘਰ ਤਬਾਹ ਹੋ ਗਿਆ। ਇਹ ਦੱਸੇ ਜਾ ਰਹੇ ਹਨ ਕਿ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਵਰਿੰਦਾਵਨ ਕਲੋਨੀ ਦੇ ਹਨ ਅਤੇ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਵਰਿੰਦਾਵਨ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਜੋ ਕਿ ਸਪ੍ਰਿੰਗਡਲ ਸਕੂਲ ਦੇ ਨਜ਼ਦੀਕ ਕਲੋਨੀ ਦੱਸੀ ਜਾਂਦੀ ਹੈ, ਵਰਿੰਦਾਵਨ ਉੱਥੋਂ ਦੇ ਰਹਿਣ ਵਾਲੇ ਹਨ ਅਤੇ ਜਿਨ੍ਹਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਅਤੇ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਅਤੇ ਹਾਈਵੇ ਜੰਡਿਆਲਾ ਗੁਰੂ ਅਤੇ ਰਈਏ ਦੇ ਕਾਂਗਰੇ ਦੇ ਨਜ਼ਦੀਕ ਸੱਜਲ ਵੱਡੀ ਪਿੰਡ ਹੈ ਜੋ ਹਾਈਵੇ 'ਤੇ, ਉੱਥੇ ਇਹਨਾਂ ਦਾ ਹਾਦਸਾ ਹੁੰਦਾ ਹੈ ਅਤੇ ਹਾਦਸੇ ਵਿੱਚ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਇੱਕ ਨੂੰ ਰਸਤੇ ਵਿੱਚ ਜਾਂਦਿਆਂ ਮੌਤ ਹੋ ਜਾਂਦੀ ਹੈ, ਜਦਕਿ ਤੀਸਰੇ ਹਸਪਤਾਲ ਜਾ ਕੇ ਮੌਤ ਹੋ ਜਾਂਦੀ ਹੈ। ਉਹਨਾਂ ਵਿੱਚ ਇੱਕ ਭੈਣ ਸੀ ਜਿਸ ਦਾ ਇੱਕ ਸਕਾ ਭਰਾ ਹੈ, ਇੱਕ ਘਰ ਵਾਲਾ ਹੈ, ਉਸਦਾ ਭੂਆ ਦਾ ਪੁੱਤ ਹੈ ਅਤੇ ਇਹਨਾਂ ਦਾ ਇੱਕ ਦਾ ਨਾਮ ਰਾਮ ਵਡੇਰਾ ਹੈ ਅਤੇ ਦੂਸਰੇ ਦਾ ਮਨੀਸ਼ ਵਡੇਰਾ ਦੱਸਿਆ ਜਾ ਰਿਹਾ ਹੈ ਅਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਜਦਕਿ ਇੱਕੋ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਤਿੰਨ ਜੀ ਮਾਤਾ ਚਿੰਤਪੁਰਨੀ ਤੋਂ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ ਅੰਮ੍ਰਿਤਸਰ ਆਉਂਦਿਆਂ ਵਾਪਸ ਭਿਆਨਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਅਤੇ ਜੋ ਇਹ ਭਿਆਨਕ ਮੰਜ਼ਰ ਦਿਖਾਈ ਦੇ ਰਿਹਾ ਹੈ, ਜੋ ਗੱਡੀ ਹੈ ਉਸਦੇ ਪਰਖੱਚੇ ਉੱਡ ਗਏ ਹਨ, ਜੋ ਸੀਨ ਦੇਖਿਆ ਨਹੀਂ ਜਾ ਰਿਹਾ ਅਤੇ ਇਸੇ ਹੀ ਕਰਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।